ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਵੱਲੋਂ ਚੰਡੀਗੜ੍ਹ ਦੇ ਰਾਜ ਭਵਨ ਵਿੱਚ ਪ੍ਰੈਸ ਵਾਰਤਾ ਕੀਤੀ ਗਈ। ਇਸ ਦੌਰਾਨ ਚੀਮਾ ਨੇ ਕਾਂਗਰਸ ਸਰਕਾਰ ਤੇ ਜੰਮ ਕੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਹੈ, ਉਦੋਂ ਤੋਂ ਹੀ ਇਹ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਚੀਮਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਕੌਂਸਲਰ ਤੇ ਦਬਾਅ ਬਣਾਉਣ ਦੇ ਉਦੇਸ਼ ਦੇ ਨਾਲ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਕਿ ਨਗਰ ਨਿਗਮ ਦੇ ਅਕਾਲੀ ਭਾਜਪਾ ਪ੍ਰਧਾਨਾਂ ਨੂੰ ਬਦਲ ਕੇ ਕਾਂਗਰਸ ਦੇ ਪ੍ਰਧਾਨ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਗੁਰਦਾਸਪੁਰ, ਮਾਨਸਾ ਅਤੇ ਤਰਨ ਤਾਰਨ ਵਿੱਚ ਅਕਾਲੀ ਨੇਤਾਵਾਂ ਦੇ ਮਰਡਰ ਹੋ ਰਹੇ ਨੇ। ਚੀਮਾ ਮੁਤਾਬਕ ਪੰਜਾਬ ਸਰਕਾਰ ਸਿਆਸੀ ਤਾਕਤ ਦੀ ਦੁਰਵਰਤੋਂ ਕਰ ਰਹੀ ਹੈ। ਉਹਦੇ ਵਿੱਚ ਬਦਲਾਖੋਰੀ ਦੇ ਜਿਹੜੇ ਕੇਸ ਹੈ, ਸਾਰੀਆਂ ਹੱਦਾਂ ਬੰਨੇ ਜਿਹੜੇ ਆ ਉਹ ਟੱਪ ਚੁੱਕੇ ਆ, ਔਰ ਦੂਜੇ ਪਾਸੇ ਓਡੀ ਤੇਜ਼ੀ ਦੇ ਨਾਲ ਡੈਮੋਕ੍ਰੇਸੀ ਦਾ ਮਰਡਰ, ਜਿਹੜਾ ਚੁਣੀਆਂ ਹੋਈਆਂ ਲੋਕਾਂ ਦੀਆਂ ਜਿਹੜੀਆਂ ਸੰਸਥਾਵਾਂ, ਚਾਹੇ ਉਹ ਮਿਊਂਸੀਪਲ ਕਮੇਟੀਜ਼ ਹੈ, ਚਾਹੇ ਕੋਈ ਬੈਂਕਾਂ ਦੀਆਂ ਜਿਹੜੀਆਂ ਬੋਰਡ ਆ, ਚਾਹੇ ਕੋਈ ਟਰੱਕ ਯੂਨੀਅਨਸ ਹੈ, ਕੋਸ਼ਿਸ਼ ਹੋ ਰਹੀ ਆ ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਕਿ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੂੰ ਧੱਕੇ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਉਤਾਰ ਕੇ ਅਤੇ ਜ਼ਬਰਦਸਤੀ ਉੱਥੇ ਆਪਣੀਆਂ ਜਿਹੜੀਆਂ ਕਮੇਟੀਆਂ ਜਿਹੜੀਆਂ ਉਹ ਬਣਾਈਆਂ ਜਾਣ। ਔਰ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਜਿੱਥੇ ਰਾਜਸੀ ਸ਼ਕਤੀ ਜਿਹੜੀ ਹੈ ਉਹਦਾ ਖੁੱਲ੍ਹ ਕੇ ਦੁਰਉਪਯੋਗ ਹੋ ਰਿਹਾ, ਉੱਥੇ ਜਿਹੜੀ ਸਰਕਾਰੀ ਮਸ਼ੀਨਰੀ ਹੈ, ਸਿਵਲ ਅਤੇ ਸਾਡਾ ਪੁਲਿਸ ਦਾ ਪ੍ਰਸ਼ਾਸਨ, ਇਹਦੀ ਵੀ ਖੁੱਲ੍ਹ ਕੇ ਜਿਹੜੀ ਦੁਰਵਰਤੋਂ ਹੈ ਉਹ ਲਗਾਤਾਰ ਜਿਹੜੀ ਹੈ